ਤੜਪ ਗਏ ਹਾਂ ਰਹਿ ਲੈਂਦੀ ਤਾਂ ਹੀ ਦੋ ਦਿਨ ਰਹਿ ਕੇ ਆਈ ਕਾਲੀ ਪੈ ਗਈ ਸੀ ਨਾ ਤਬੀਅਤ ਨਹੀਂ ਸੀ ਨਾ ਜੀ ਸਹੀ ਹੈ ਬੁਖਾਰ ਦੋ ਦੋ ਇੱਕ ਦਿਨ ਪਹਿਲਾਂ ਪੋਟੀਆਂ ਉਲਟੀਆਂ ਲੱਗ ਗਈਆਂ ਮਸਾਂ ਬੱਚੀ ਹੈ ਜਿਹਦੇ ਤੁਸੀਂ ਆਏ ਨਹੀਂ ਸੋ ਹਾਂ 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 ਉਸ ਦਿਨ ਦੀ ਗੱਲ ਹੈ ਸ਼ਾਮ ਸਾਡੇ ਹੁੰਦੇ ਹੀ ਕਰਦੇ ਸੀ ਘਰ ਦੀ ਸੀ ਨਾ ਭਈ ਉਹ ਫਿਰ ਜੇ ਤੁਸੀਂ ਚਲੇ ਗਏ ਫਿਰ ਬਾਅਦ ਚੋਂ ਪੋਟੀਆਂ ਵੀ ਵਿੱਚ ਹੀ ਉਲਟੀਆਂ ਵੀ ਜਿਹੜੀ ਸ਼ੈ ਖਾਂਦੀ ਸੀ ਉਲਟੀ ਕਰ ਦਿੰਦੀ ਸੀ ਰਾਤ ਸਾਰੀਆਂ ਇੰਝ ਹੀ ਨਿਕਲੀ ਫਿਰ ਸੁਬਾਹ ਦਵਾਈ ਨਾ ਸ਼ੁਕਰ ਹੈ ਕਿ ਆਰਾਮ ਆ ਗਿਆ ਅੰਮੀ ਕਹਿੰਦੇ ਮੈਂ ਤਾਂ ਕਿਹਾ ਕੁੜੀ ਨਿਭ ਜਾਣਾ ਜਾਨ ਅੱਗੇ ਪੂਰੀ ਜਿਹੀ ਹੈ ਆਈ ਸੀ ਨਿਕਾਹ ਤੋਂ ਪਹਿਲਾਂ ਟੁਰ ਗਈ ਸੀ ਨਿਕਾਹ ਤੋਂ ਬਾਅਦ ਦੀ ਗੱਲ ਹੈ ਕਹਿੰਦੀ ਸੀ ਮਾਮੀ ਨੇ ਜਾਣਾ ਹੈ ਆਹੋ ਤੇ ਜਦੋਂ ਹੁਣ ਕੁਛ ਹੋਏਗਾ ਤਾਂ ਫਿਰ ਜਾਏਗੀ ਨਾ ਅਗਲਾ ਮਹੀਨਾ ਨਾ ਮਹੀਨਾ ਤੇ ਇਹੋ ਹੀ ਸੀ ਤਾਂ ਜੂਨ ਨਹੀਂ ਦਿੱਤਾ ਬਾਜੀ ਕਹਿੰਦੀ ਹੈ ਫਾਤਮਾ ਨੇ ਮੈਨੂੰ ਕਿਹਾ ਕਿ ਉਹ ਜੂਨ ਦੇ ਛੜੇ ਪਤਾ ਨਹੀਂ ਮੈਨੂੰ ਨਹੀਂ ਪਤਾ ਹੈ ਮਾਮੀ ਤੇ ਵੀ ਬੜੀ ਉਹ ਆਵਾਜ਼ ਆ ਰਹੀ ਹੈ ਐਂਡ ਦਾ ਪਤਾ ਨਹੀਂ ਪਤਾ ਟਾਈਮ ਨਹੀਂ ਲੱਗਦਾ ਨਿੱਕਾ ਵੀ ਉਹ ਜੋ ਵੱਡਾ ਕਰਦਾ ਨਾ ਨਿੱਕਾ ਵੀ ਉਹ ਨਾ ਰਹਿੰਦਾ ਉਹ ਉਹ ਕੁਛ ਹੋਈ ਕਰਦਾ ਨਾਇਆ ਨੂੰ ਮਾਰੇਗਾ ਨਾ ਉਹ ਵੀ ਮਗਰ ਆਈਏਗਾ ਮਾਰਨ ਵਾਸਤੇ ਦੋਵੇਂ ਭਰਾ ਇੱਕੋ ਜਿਹੀਆਂ ਹਰਕਤਾਂ ਕਰਦੇ ਉਹਦੇ ਵੱਲੋਂ ਵੇ ਵੇ ਕੇ ਨਾ ਉਹ ਵੀ ਉਂਝ ਦੀਆਂ ਹਰਕਤਾਂ ਕਰਦਾ ਭੈਣਾਂ ਜਿਹਾ ਨਾ ਹੈ ਤਾਂ ਬੜੇ ਤੇਜ਼ ਨੇ ਗੱਲਾਂ ਬੜੀਆਂ ਕਰਦਾ ਬਹੁਤ ਹਰ ਗੱਲ ਹਰ ਚੀਜ਼ ਦਾ ਨਾਮ ਹੁੰਦਾ ਅੱਛਾ ਉਹਨਾਂ ਨੂੰ ਪਤਾ ਨਹੀਂ ਤੁਸੀਂ ਆਏ ਹੋ ਨਹੀਂ ਤਾਂ ਉੱਤੇ ਆਈ ਨਹੀਂ ਤਾਂ ਉੱਤੇ ਆਈ ਹੈ ਨਾ ਅਸੀਂ ਉਹਨਾਂ ਨੂੰ ਪਤਾ ਹੈ ਲੱਗੇ ਹੋਏ ਨਾ ਖੇਡਾਂ ਹਾਂ ਉੱਥੇ ਵੇਖੋ ਐਡੀ ਮੁਸ਼ਕਿਲਾਂ ਹੋ ਗਏ ਨੇ ਉੱਧਰ ਭਾਜੀ ਉਹਨਾਂ ਕੋਲ ਤੁਰਿਆ ਨਹੀਂ ਜਾ ਕਿਉਂਕਿ ਦੋਵੇਂ ਚੀਜ਼ਾਂ ਤੇਜ਼ ਹੋਈਆਂ ਨਾ ਉਹਨਾਂ ਕੋਲ ਤੁਰਿਆ ਨਹੀਂ ਜਾਣ ਕੱਲ੍ਹ ਦਾ ਉੱਠਿਆ ਨਹੀਂ ਜਾਂਦਾ ਘਰ ਹੁੰਦੇ ਨਾ ਤਾਂ ਅਸੀਂ ਬਜਬੀਨਾ ਵੱਲ ਜਾਣਾ ਸੀ ਤਾਂ ਸਾਡੇ ਨਾਲ ਉੱਧਰ ਦੋ ਤਿੰਨ ਵਾਰਾਂ ਉੱਤੇ ਆਉਣ ਦੀ ਕੋਸ਼ਿਸ਼ ਕੀਤੀ ਨਾ ਗੰਦ ਪਿਆ ਸੀ ਫਿਰ ਨੀਚੇ ਟੁੱਟ ਜਾਂਦੇ ਮੇਰੇ ਕੋਲ ਨਹੀਂ ਕੁਛ ਵੀ ਹੁੰਦਾ ਅਤੇ ਕੱਲ੍ਹ ਉਹਦੀ ਮੰਗਣੀ ਦਾ ਕੀ ਕਰਾਂਗੇ ਉਹ ਹੁਣ ਤਾਂ ਆਏ ਦਵਾਈ ਲੈਣ ਗਏ ਨਾ ਉਹਨੇ ਹੁਣ ਮੈਂ ਤਾਂ ਕਹਿੰਦੀ ਮੈਨੂੰ ਕੋਈ ਗੋਲੀ ਲਿਖ ਕੇ ਦੇ ਸ਼ੂਗਰ ਦੀ ਅੱਗੇ ਘੱਟ ਜਾਂਦੀ ਸੀ ਨਾ ਇਹ ਹੁਣ ਰੋਜ਼ਿਆਂ ਦੀ ਨਾ ਤੇਜ਼ ਹੋ ਜਾਂਦੀ ਖਾਂਦੇ ਨਾ ਤਰਬੂਜ਼ ਵਗੈਰਾ ਮਿੱਠੀਆਂ ਚੀਜ਼ਾਂ ਹੁਣ ਤੇਜ਼ ਹੋ ਜਾਂਦੀ ਨੇ ਹੁਣ ਦੋ ਵਾਰਾਂ ਹੋ ਚੱਲਿਆ ਤੇਜ਼ ਹੋ ਗਈ ਅੱਛਾ ਕੱਲ੍ਹ ਤਾਂ ਬਲੱਡ ਵੀ ਤੇਜ਼ ਸੀ ਨਾ ਨਾਲ ਅੱਛਾ ਦੋ ਵਾਰਾਂ ਹੁਣ ਤੇਜ਼ ਹੋ ਗਈ ਅੱਗੇ ਘੱਟਦੀ ਸੀ ਸ਼ੂਗਰ ਰੋਜ਼ਿਆਂ ਦੀ ਹੁਣ ਤੇਜ਼ ਹੋਣ ਲੱਗ ਗਈ ਹੈ ਰੋਜ਼ਿਆਂ ਵਿੱਚ ਵੀ ਇੰਝ ਹੀ ਪੈ ਰਹੇ ਹੁੰਦੇ ਮੈਂ ਮਗਰ 'ਚ ਮੈਂ ਕਿਹਾ ਜਾਓ ਪਤਾ ਕਰਕੇ ਆ ਤੁਹਾਡੀ ਸ਼ੂਗਰ ਨਾ ਕਿਤੇ ਤੇਜ਼ ਹੋ ਗਈ ਹੋਏ ਚੈੱਕ ਕਰਾ ਕੇ ਆਓ ਉਹ ਚੈੱਕ ਕਰਾ ਕੇ ਤਾਂ ਉਹਨਾਂ ਨੇ ਕਿਹਾ ਤੇਜ਼ ਹੈ ਟੈਨਸ਼ਨ ਤਾਂ ਵੀ ਵੱਧ ਗਈ ਫਿਰ ਤੇ ਫਿਰ ਦਵਾਈ ਲੈ ਕੇ ਖਾਧੀ ਉਹਨੇ ਫਿਰ ਇਹ ਕਿ ਸਹੀ ਹੋ ਗਈ ਹੁਣ ਫਿਰ ਕੱਲ੍ਹ ਦੀ ਪਰਸੋਂ ਦੀ ਫਿਰ ਇੰਝ ਹੀ ਹੋ ਗਿਆ ਸ਼ੂਗਰ ਅਤੇ ਬਲੱਡ ਤੇਜ਼ ਹੋਏ ਤਾਂ ਨੁਕਸਾਨਦੇਹ ਹੀ ਹੁੰਦਾ ਬਾਜੀ ਮਨਜ਼ੂਰਾਂ ਨੂੰ ਵੀ ਆਂਟੀ ਮਨਜ਼ੂਰਾਂ ਨੂੰ ਨਹੀਂ ਹੈ ਸ਼ੂਗਰ ਬਜਬੀਨਾ ਨੂੰ ਬਾਜੀ ਸ਼ੀਨਾ ਨੂੰ ਹਨਾ ਆਹੋ ਇਹਨਾਂ ਤਿੰਨਾਂ ਭੈਣਾਂ ਨਾ ਆਂਟੀ ਮਨਜ਼ੂਰਾਂ ਨੂੰ ਨਹੀਂ ਹੈ ਸ਼ੂਗਰ ਆਂਟੀ ਜ਼ੋਰਾਂ ਨੂੰ ਵੀ ਹੈ ਸੀ ਪਤਾ ਨਹੀਂ ਆਂਟੀ ਉਸ ਦਿਨ ਮੈਨੂੰ ਵਹਾਉਂਦੇ ਸਨ ਮੇਰੀ ਛੋਟੀ ਆਂਟੀ ਉਹਨਾਂ ਦੇ ਰਿਸ਼ਤੇਦਾਰ ਹੈ 18 ਸਾਲ ਦੀ ਕਿ 20 ਸਾਲ ਦੀ ਕੁੜੀ ਹੈ ਅਤੇ ਉਹਨੂੰ ਕਹਿੰਦੇ ਨੇ ਸ਼ੂਗਰ ਮੈਂ ਕਿਹਾ ਲਓ ਉਹ ਸਾਡੀ ਜ਼ਹਿਰਾ ਨਹੀਂ ਹੋ ਗਈ ਗੱਖੜ ਵਾਲੀ ਅਤੇ ਬਾਜੀ ਦਾ ਟੈਨਸ਼ਨ ਤਾਂ ਵੀ ਹੁੰਦੀ ਜੀ ਟੈਨਸ਼ਨ ਮਿੱਠੀਆਂ ਚੀਜ਼ਾਂ ਤਾਂ ਨਹੀਂ ਹੁੰਦੀ ਹੈ ਟੈਨਸ਼ਨ ਵਾਲੀ ਤਾਂ ਹੈ ਹੀ ਨਹੀਂ ਅੱਲਾਹ ਨੇ ਆਪਣੇ ਧਿਆਨ ਲਾਇਆ ਹਰ ਬੰਦੇ ਨੇ ਧਿਆਨ ਲਾਇਆ ਬੱਚੀਆਂ ਲਿਖਾਂ ਵੀ ਨਹੀਂ ਆ ਸਾਫ ਸੀ ਕਹਿੰਦੇ ਮੰਗਲ ਤੱਕ ਬਾਰਿਸ਼ਾਂ ਹੋਣੀਆਂ ਨੇ
ਅੱਲਾ ਕਰੇ ਇੰਨੀ ਗਰਮੀ ਜੇ ਬਾਜੀ ਆਏ ਤੇ ਅਸੀਂ ਜਿਸ ਦਿਨ ਗੱਖੜ ਗਏ ਨਾ ਅਸੀਂ ਸਾਨੂੰ ਆਇਆ ਸੀ ਗੱਖੜ ਵਾਲਿਆਂ ਘਰ ਬੜੀ ਗਰਮੀ ਹੈ ਉਹ ਜਦੋਂ ਬਾਈ ਮੁਦੱਸਰ ਕੇ ਗਏ ਬਾਜੀ ਧੁੱਪ ਹੁਣ ਉਹ ਤੇ ਛਾਤੇ ਰਹਿੰਦੇ ਨੇ ਉਹਨਾਂ ਘਰ ਤੇ ਬਹੁਤ ਗਰਮੀ ਹੈ ਅਸੀਂ ਇੱਕ ਦਿਨ ਵਿਚਾਰੇ ਮੈਨੂੰ ਇੰਨਾ ਤਰਸ ਆਇਆ ਉਹਨਾਂ ਦੇ ਰੰਗ ਵੇਖੇ ਜੇ ਪੀਲੇ ਪੀਲੇ ਸਾਰਿਆਂ ਦੇ ਰੰਗ ਖੱਟੇ ਪੀਲੇ ਰੰਗ ਹੋਏ ਨੇ ਸਿੱਧਾ ਨਾ ਧੁੱਪ ਪੈਂਦੀ ਇੰਜ ਉਹਨਾਂ ਦਾ ਪੋਰਸ਼ਨ ਜਿੱਥੇ ਅੱਗੋਂ ਸਾਰਾ ਖੁੱਲ੍ਹਾ ਹੈ ਤੇ ਉੱਪਰ ਕੋਈ ਛਾਤੀ ਉਹ ਕਮਰਾ ਹੀ ਨਹੀਂ ਹੈ ਤੇ ਉਹ ਭਾਬੀ ਨੂੰ ਆਉਂਦੇ ਸਨ ਕਿ ਤੁਸੀਂ ਕੂਲਰ ਲਵਾਓ ਨਾ ਕੂਲਰ ਹੀ ਚੱਲਦਾ ਰਹੇ ਤੇ ਚਲੋ ਇੱਕ ਕਮਰੇ 'ਚ ਠੰਡਕ ਤੇ ਕਮ ਅਜ਼ ਕਮ ਰਹੇ ਤਾਂ ਹੀ ਤਾਂ ਉਹਨਾਂ ਰੰਗ ਹੈ ਜੋ ਕਿ ਅਸੀਂ ਪਿਛਲੀਆਂ ਗਰਮੀਆਂ 'ਚ ਗਏ ਸਨ ਅੰਮੀਆਂ ਨੇ ਤੁਸੀਂ ਤਾਂ ਹੀ ਧੁੱਪੇ ਰਹਿ ਕੇ ਸਾੜੀ ਚੱਲੇ ਹੋ ਹਾਂ ਵੇਖਿਆ ਜੇ ਹੁਣ ਵੇਖੋ ਹੁਣ ਵੀ ਇੰਜੀ ਪੀਲੇ ਖੱਟੇ ਰੰਗ ਜੇ ਸਭ ਦੇ ਪਿਛਲੀਆਂ ਗਰਮੀਆਂ 'ਚ ਸਿਰਫ ਔਰ ਜੁਨੇਦ ਦਾ ਥੋੜ੍ਹਾ ਸਾਰਾ ਸਹੀ ਹੈ ਬਸ ਭਾਬੀ ਦਾ ਵੀ ਰੰਗ ਖਰਾਬ ਹੋਇਆ ਤੇ ਪਤਲੇ ਹੋਏ ਨੇ ਮਾਮੀ ਮਾੜੇ ਹੋ ਗਏ ਹਾਂ ਮੈਨੂੰ ਤਾਂ ਮਾੜੇ ਲੱਗੇ ਨੇ ਕਦਰ ਸਾਂਦੇ ਨੇ ਮਜ਼ਾ ਤੇ ਸਾਧੇ ਨਾ ਤੁਸੀਂ ਐਨਾ ਰੀ ਬਾਹਰ ਪਤਲੇ ਹੋ ਇੰਨੇ ਕੁ ਹੋਈ ਗਏ ਨੇ ਹੋਰ ਵੀ ਹੋ ਜਾਂਦੇ ਬੰਦਾ ਜੇ ਬਾਹਰ ਚਲਾ ਗਿਆ ਨਾ ਫਿਰ ਸਾਰੀ ਸਾਰੀ ਗੱਲ ਹੈ ਆਪਣਾ ਆਪਣੀ ਸਾਰਾ ਕੰਮ ਆ ਫਿਰ ਜ਼ਿੰਮੇਦਾਰੀਆਂ ਸਾਰੇ ਚੀਜ਼ਾਂ ਨਹੀਂ ਆ ਸਕਦੇ ਉਹਨਾਂ ਦੇ ਜ਼ਿੰਮੇਦਾਰੀ ਪੈ ਗਈ ਹੈ ਹਾਂ ਨਹੀਂ ਵੱਡਾ ਘਰ ਤੇ ਦਿੰਦਾ ਨਹੀਂ ਲੇਕਿਨ ਜੋ ਬਾਹਰ ਸਾਰੀ ਗੱਲ ਹੈ ਉਹਦਾ ਬਾਪ ਹੈ ਬਾਪ ਦੀ ਜਗ੍ਹਾ ਤੇ ਨਹੀਂ ਨਾ ਨਾਲੇ ਭਾਈ ਹਰ ਜਗ੍ਹਾ ਨਾ ਆਪੀ ਲਿਆ ਦੇਣੀ ਸਬਜ਼ੀ ਲਿਆ ਦੇਣੀ ਚੀਜ਼ਾਂ ਲਿਆ ਦੇਣੀਆਂ ਤੁਸੀਂ ਆਉਣਾ ਸੀ ਵੇਲੇ ਮੌਸਮ ਠੰਡਾ ਹੋ ਗਿਆ ਇੰਨਾ ਤਾਂ ਮੈਂ ਸੁਬਹ ਕਹਿਣ ਡਈ ਮਾਮੂ ਹੋਰੀ ਆ ਗਏ ਚਾਚੂ ਨੀ ਮੈਂ ਕਿਹਾ ਨਹੀਂ ਅਸੀਂ ਆਖਿਆ ਸੀ ਨਾ ਅਸੀਂ ਜਾਣਾ ਆਂਦੀ ਮੈਂ ਉਹਨੇ 9 ਵਜੇ ਸੁਬਹ ਫੋਨ ਕੀਤਾ ਸੀ ਸਾਨੂੰ ਵੀ 9 ਵਜੇ ਹੀ ਆਇਆ ਯਾਰ ਆਂਦੀ ਮੈਂ ਉਹਨਾਂ ਦਾ ਨੰਬਰ ਟਰਾਈ ਕਰਨ ਉਹਨਾਂ ਦਾ ਨੰਬਰ ਬੰਦ ਹੈ ਤੇ ਚਲੋ ਠੀਕ ਹੈ ਫਿਰ ਮੈਂ ਹੋਰ ਕੋਈ ਨੰਬਰ ਟਰਾਈ ਕਰਨੀ ਆ ਉਹਨਾਂ ਦਾ ਜੇ ਮਿਲ ਗਿਆ ਤੇ ਇਹਨਾਂ ਨੇ ਵੇਖਿਆ ਤੇ ਅਸੀਂ ਰਸਤੇ ਜਾਂਦੇ ਆ ਨਾ ਕਾਲ ਕੀਤੀ ਤੇ ਮੈਨੂੰ ਆਂਟੀ ਨੇ ਕਿਹਾ ਕਿ ਪਹੁੰਚ ਨਹੀਂ ਹੋਏ ਮੈਂ ਕਿਹਾ ਅਸੀਂ ਅਜੇ ਚੱਲੇ ਆ ਨਾਸ਼ਤੇ ਦਾ ਟਾਈਮ ਸੀ ਬਾਜੀ ਅੱਛਾ ਵੀ ਨਹੀਂ ਅਸੀਂ ਤੁਹਾਡੇ ਘਰ ਆ ਕੇ ਨਾਸ਼ਤੇ ਟਾਈਮ ਸਿੱਧਾ ਲੋਨੋ ਆਉਂਦੇ ਤੇ ਫਿਰ ਨਾ ਇਹਨਾਂ ਨੇ ਤਾਂ ਆਖਿਆ ਸੀ ਚਲੋ ਸੁਬਹ ਸੁਬਹ ਚਲਦੇ ਆ ਮੈਂ ਕਿਹਾ ਮੈਨੂੰ ਅੱਛਾ ਲੱਗਾ ਨਾਸ਼ਤਾ ਕਰ ਲੈ ਚੱਲ ਲਿਆ ਅਜੇ ਕਹਿੰਦੇ ਸੂਟ ਮੰਗਾਉਣੇ ਸਨ ਮੈਨੂੰ ਆਉਂਦੇ ਸਨ ਤੇ ਰੇਸ਼ਮੀ ਮੈਂ ਕਿਹਾ ਮੈਂ ਆਪਣੇ ਨਾ ਦੋ ਲੈ ਕੇ ਆਈ ਹਾਂ ਅਤੇ ਦੋ ਜਿਹੜੇ ਉਹਨਾਂ ਨੂੰ ਮੁਕੱਦਸ ਦੀ ਦੋਸਤ ਦੀਆਂ ਬੀਜੀਆਂ ਨੇ ਉੱਥੇ ਜਾਣਾ ਸਸੁਰਕੋਟ ਦੇ ਅਤੇ ਉਹਨਾਂ ਦੀਆਂ ਉਹਨਾਂ ਵਾਸਤੇ ਲੈ ਕੇ ਆਈ ਹਾਂ ਤਾਂ ਇੰਜ ਕਰੋ ਲੋਨਾਂ ਦੇ ਦੇ ਦਿਓ ਮੇਰੇ ਕੋਲ ਵੱਡੇ ਬਾਜ਼ਾਰ ਬੜੀ ਮੁਸ਼ਕਲ ਆਉਣਾ ਜਾਣਾ ਇੱਕ ਹੀ ਬਾਜ਼ਾਰ ਤੋਂ ਨਾ ਇੱਕ ਹੀ ਦੁਕਾਨ ਤੋਂ ਮੈਂ ਜਾ ਕੇ ਲੈ ਆਈ ਕੱਪੜੇ ਅਤੇ ਕਹਿੰਦੇ ਨੇ ਚੱਲ ਲੈ ਆਈ ਮੈਂ ਕਿਹਾ ਉਹਨਾਂ 'ਚ ਪਸੰਦ ਆਇਆ ਨਾ ਤੁਸੀਂ ਉਹਨਾਂ ਚਾਰ ਹੀ ਲੈ ਆਵਾਂਗੇ ਅਤੇ ਮੈਂ ਚਲੋ ਆਪਣੇ ਹੋਰ ਲੈ ਆਵਾਂਗੀ ਅਤੇ ਤੁਸੀਂ ਆਪਣਾ ਕੰਮ ਕੱਢ ਲਿਆ ਜੇ ਅਤੇ ਹੁਣ ਫਿਰ ਮੇਰੀ ਦੁਬਾਰਾ ਗੱਲ ਹੋਈ ਅਤੇ ਮੈਨੂੰ ਆਉਂਦੇ ਨੇ ਦੋ ਰੇਸ਼ਮੀ ਵੀ ਕੋਸ਼ਿਸ਼ ਕਰੀ ਹਾਂ ਲਿਆਉਣ ਦੀ ਅੱਛਾ ਰੇਸ਼ਮੀ ਕੱਪੜੇ ਦੇ ਨੇ ਪਾਣੀ ਆਸਤਾ ਆਸਤਾ ਹੀ ਜਾਂਦਾ ਹੈ ਸਾਡੀ ਛੱਤ ਨੇ ਸਾਨੂੰ ਬੜਾ ਤੰਗ ਕੀਤਾ ਹੈ ਚੁੰਦੀ ਚੁੰਦੀ ਨਹੀਂ ਹੈ ਜਿਹੜੀ ਦੀਵਾਰ ਨਹੀਂ ਬਣਾਈ ਇੱਥੇ ਬੜਾ ਤੰਗ ਕੀਤਾ ਅਸੀਂ ਤੇ ਛੱਤ ਤੇ ਆਉਂਦੇ ਬੜੇ ਘੱਟ ਆ ਸੁਣਦੇ ਨਹੀਂ ਪਏ ਅੱਜ ਕੱਲ੍ਹ ਹੈਂ ਉੱਤੇ ਨਹੀਂ ਸੁਣਦੇ ਉੱਤੇ ਹੀ ਸੁਣਦੇ ਆ 3-4 ਦਿਨ ਹੋ ਗਏ ਨਾ ਬੱਚੇ ਇੰਨਾ ਉੱਤੇ ਸਾਰੀ ਦਿਹਾੜੀ ਗੁੱਡੀਆਂ ਚੜਾਉਂਦੇ ਰਹਿੰਦੇ ਨੇ ਉਹਨਾਂ ਗੰਦ ਪਾਈ ਜਾਂਦੇ ਨੇ ਮੈਂ ਤੇ ਆ ਕੇ ਸਫਾਈ ਕਰਨਾ ਛੱਡ ਛੱਡੀ ਮੈਂ ਮੇਰੇ ਕੋਲ ਨਹੀਂ ਹੁੰਦੀ ਰੋਜ਼ ਦਿਹਾੜੀ ਰੋਜ਼ ਬਰੋਜ਼ ਨੂੰ ਆਖਿਆ ਕਰੋ ਨਾ ਉਹ ਨਹੀਂ ਕੁਛ ਵੀ ਕਰਦੇ ਇੰਨੀ ਕੰਮੀ ਹੈ ਦਿਲ ਕਰੇਗਾ ਤੇ ਕਰੇ ਹੀ ਨਹੀਂ ਤੇ ਨਹੀਂ ਕਰਦੀ ਸੀ ਰੋਜ਼ ਇੰਜ ਨਾ ਬਰਤਨ ਰਾਤ ਨੂੰ ਧੋਂਦੀ ਸੀ ਆਟਾ ਗੁਨਾਨੀ ਸਾਂ ਮੇਰੇ ਕੋਲ ਕਰਾਉਂਦੀ ਸਾਂ ਮੈਂ ਇੰਨਾ ਮੈਂ ਕਿਹਾ ਖਪਰ ਨਾ ਮੈਂ ਆਪੇ ਹੀ ਮੈਂ ਖਪਦੀ ਨਹੀਂ ਨਾ ਮੈਂ ਆਪੇ ਹੀ ਕਰ ਲੈਂਦੀ ਥਿੰਕ ਆਫ ਡੈਵਲ ਐਂਡ ਡੈਵਲ ਇਜ਼ ਹੇਅਰ ਅਭੀ ਆਪ ਕੀ ਬਾਤ ਹਮ ਕਰ ਰਹੇ ਹੈ ਮੈਂ ਕਿਹਾ ਇਹਦੇ ਕੋ ਛੱਤ ਸਾਫ ਕਰਾਇਆ ਦਫੋ ਜਾਣਾ ਕਿੱਧਰ ਹੈ ਜਾਇਨਾ ਨਹੀਂ ਆਈ ਨਹੀਂ ਨਹੀਂ
ਉੱਥੇ ਨਹੀਂ ਅੱਜ ਘਰ ਨੇ ਕਿਆ ਕਹਿ ਰਹਾ ਨੀਚੇ ਆਪਾ ਨਹੀਂ ਉਹ ਨਹੀਂ ਆਈ ਆਪਾਂ ਐਰੋਪਲੇਨ ਸੇ ਆ ਰਹੀ ਹੋ ਆਂਦਾ ਰਸਤੇ 'ਚ ਗੇਮ ਤੋਂ ਹਾਰ ਜੇ ਨਾ ਖਰਾਬ ਆਂਦਾ ਆ ਰਹੀ ਸਾਰਾ ਕੁਛ ਆਪ ਕੀ ਵਜ੍ਹਾ ਸੇ ਹੋ ਰਿਹਾ ਮੇਰੇ ਭਤੀਜੇ ਨੂੰ ਆਂਦਾ ਆਂਦਾ ਮੈਨੇ ਤਾਂ ਕੁਛ ਵੀ ਨਹੀਂ ਕੀਆ ਉਦੋਂ ਤੁਹਾਡਾ ਭਾਈ ਆਇਆ ਸੀ ਨਾ ਸੂਟ ਲੈਣ ਉਹ ਤਾਂ ਮੇਰਾ ਕਜ਼ਨ ਜੇ ਤੁਹਾਡਾ ਭਾਈ ਨਹੀਂ ਸੀ ਨਹੀਂ ਸ਼ਕਲਾਂ ਮਿਲਦੀਆਂ ਜਿੰਨਾ ਅੱਛਾ ਮੈਂ ਕਿਹਾ ਤੁਹਾਡਾ ਭਾਈ ਸੀ ਨਹੀਂ ਨਹੀਂ ਅਸਲਾਮ ਅਲੈਕੁਮ ਭੈਣ ਕੀ ਵਾਨੀਆਂ ਵਰਤ ਗਈਆਂ ਹੈਂ ਪਿੱਛੇ ਹੋ ਜਾਣਾ ਆ ਕਾਕਾ ਪਿੱਛੇ ਹੋ ਜਾਓ ਉਹ ਵੀ ਬਣ ਲਈ ਸੀ ਉਹ ਗੁਜ਼ਾਰ ਰਹੀ ਹੈ ਕੀ ਕਰਦੀ ਸੀ ਸਾਧਿਆ ਵਜੇ ਪਹਿਲਾਂ ਫੋਨ ਘੱਟ ਛੜਿਆ ਨੇ ਮੈਂ ਕਿਹਾ ਬਾਲਾਂ ਦੇ ਹੱਥੇ ਚੜਿਆ ਮੈਂ ਚਲਾਇਆ ਸੀ ਮੈਨੂੰ ਚਲਾਉਣ ਦੀ ਬਜਾਏ ਬੰਦ ਕਰ ਛੜਿਆ ਬਾਹਰ ਚੜਿਆ ਸਾਧਿਆ ਅਸੀਂ ਆਹ ਪੱਠੇ ਪੀੜ ਕਰਦੇ ਹਾਂ ਤੇ ਆਈ ਡੈਕਸ ਮਲਾ ਤੇ ਲੈ ਕੇ ਮਲ ਕੇ ਫਿਰ ਟਾਈਫਾਈਡ ਸਹੀ ਹੋ ਜਾਂਦਾ ਹਾਂ ਸਹੀ ਹੋ ਗਿਆ ਬਾਜੀ ਉਹਨੂੰ ਕਹੋ ਸੋ ਦੂਧ ਵਿੱਚ ਹਲਦੀ ਪਾ ਕੇ ਪੀਏ ਸ਼ਾਇਦ ਤੇ ਹਲਦੀ ਇਹਨਾਂ ਨੇ ਉਹੀ ਕੀਤਾ ਜੇ ਬੁਖਾਰ ਚ ਹਾਂ ਗਰਮ ਦੂਧ ਕਰਕੇ ਨਾ ਸਖਤ ਉਹਦੇ ਵਿੱਚ ਇੱਕ ਚਮਚ ਸ਼ਹਿਦ ਤੇ ਥੋੜੀ ਸਾਰੀ ਹਲਦੀ ਪਾ ਕੇ ਪੀਏ ਉਹ ਅੰਦਰੋਂ ਟਕੋਰ ਹੋਏਗੀ ਸਭ ਤੋਂ ਪਤਾ ਨਾਲ ਗਿਆ ਨਾ ਅੰਮੀ ਦਾ ਜਨਾਬ ਰਲਾਇਆ ਮੈਂ ਕਿਹਾ ਮੇਰੀ ਨਨਾਨ ਦੇ ਨਾ ਨਵੱਲੇ ਕੰਮ ਨੇ ਕਮੀਜ਼ ਉੱਥੇ ਤੇ ਦੁਪੱਟਾ ਉੱਥੇ ਨਹੀਂ ਸੀਨ ਵਾਸਤੇ ਲੈ ਗਈ ਸਾਨੂੰ ਮੈਨੂੰ ਤਾਂ ਪਤਾ ਸੀ ਕਿ ਮੈਂ ਮੈਂ ਕਿਹਾ ਅੰਮੀ ਦਾ ਉਹ ਆਪਣਾ ਦੁਪੱਟਾ ਫਿਰ ਮੈਂ ਨਾਲ ਆ ਰਲਾਇਆ ਆਹ ਨਹੀਂ ਰਲ ਗਿਆ ਸੋਹਣਾ ਨਾਲ ਤਾਂ ਲੱਗਦਾ ਤੇਰਾ ਵੀ ਮੈਂ ਕੱਲ ਦਾ ਕਰਾ ਲਿਆ ਪੀਤੋ ਮੈਨੂੰ ਉਸ ਮਾਪੀ ਦੱਸ ਪੈ ਗਿਆ ਸੂਟ ਪਾਇਆ ਤੇ ਮੈਨੂੰ ਬੜਾ ਅੱਛਾ ਲੱਗਿਆ ਲੇਕਿਨ ਖੁੱਲਾ ਜੇ ਖੁੱਲਾ ਹਾਂ ਅਸਤਗਫਰ ਅਬੇ ਚੁੱਪਾ ਰੱਖਿਆ ਤਾਂ ਖੁੱਲਾ 14.5 ਨਹੀਂ ਹੈ ਬਾਜੀ 15-16 ਲਾ ਦੀ ਅਭੀ ਮੈਨੂੰ ਇਹ ਲੋਨ ਜਿਹੜੀ ਨੇ ਮੈਨੂੰ ਲੱਗਦਾ ਖੁੱਲ ਜਾਂਦੀ ਹੈ ਸਿਲਾਈ ਲਾ ਦੇ ਆਂ ਤੇ ਜ਼ੈਨਾ ਦਾ ਸੁਣਾ ਦੇਣਾ ਸਹੀ ਹੈ ਜ਼ੈਨਾ ਵੀ ਬੜਾ ਸੋਹਣਾ ਲੱਗਦਾ ਮਾਸ਼ਾਅੱਲਾ ਮਾਨ ਵੀ ਸੋਹਣਾ ਲੱਗਾ ਵਾ ਅਲੈਕਮ ਸਲਾਮ ਉਧਰ ਸੇ ਆਓ ਆਰਿਫ ਕੋ ਵੀ ਬੁਲਾਓ ਅੱਜ ਤੋਂ ਇਸਕਾ ਕਜ਼ਨ ਵੀ ਆਇਆ ਆਪਕੇ ਘਰ ਵਾਹ ਵਾਹ ਆ ਕੇ ਸਾਡੀ ਗੱਲ ਕਰ ਹੋਣੀ